ਹੈਲੋ ਫਰੈਂਡਸ, ਮੈਂ ਤੁਹਾਡੀ ਆਪਣੀ ਕਿਰਨ, ਮੇਰੇ ਯੂਟਿਊਬ ਚੈਨਲ ਪੰਜਾਬੀ ਲਾਈਫ ਸਟਾਈਲ ਜਰਮਨੀ 'ਤੇ ਤੁਹਾਡਾ ਸਵਾਗਤ ਆ। ਅੱਜ ਮੈਂ ਘਰੋਂ ਬਾਹਰ ਨਹੀਂ ਗਈ, ਅੱਜ ਮੈਂ ਘਰ ਰਹੀ ਹਾਂ। ਮੈਂ ਆਪਣੇ ਘਰ ਆਪਣੀ ਖਿੜਕੀ ਦੇ ਵਿੱਚ ਖੜ੍ਹੀ ਹਾਂ, ਤਾਕੀ ਵਿੱਚ, ਡੱਚ ਵਿੱਚ ਇਹਨੂੰ ਕਹਿੰਦੇ ਆ ਫੈਂਸਟਰ। ਅਤੇ ਇੱਥੋਂ ਦੇਖੋ ਮੇਰੇ ਘਰ ਦੇ ਬਾਹਰ ਦਾ ਨਜ਼ਾਰਾ। ਮੇਰੇ ਘਰ ਦੇ ਨੇੜੇ ਇੱਕ ਦਰੱਖਤ ਆ, ਕਿੱਡਾ ਸੋਹਣਾ ਲੱਗਦਾ ਆ। ਇੱਧਰ ਪਾਸੇ ਆ ਦੇਖੋ ਸਾਰਾ, ਇੱਧਰ ਘਰ, ਉਹ ਦੇਖੋ ਉੱਪਰ ਸੂਰਜ ਥੱਲੇ ਜਾ ਰਿਹਾ, ਇਹ ਕਿੰਨਾ ਸੋਹਣਾ ਲੱਗਦਾ ਆ। ਅਤੇ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਪਾਊਂਗੀ ਇਹਦੇ ਨਾਲ ਹੀ। ਸਾਡੇ ਇੱਥੇ ਫਰਵਰੀ ਦੇ ਵਿੱਚ ਬਹੁਤ ਜ਼ਿਆਦਾ, ਸ਼ੁਰੂ ਦੇ ਵਿੱਚ ਅਤੇ ਜਨਵਰੀ ਐਂਡ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਪਈ ਸੀ, ਹੈ ਨਾ। ਅਤੇ ਉਦੋਂ ਪਰ ਮੈਂ ਚੈਨਲ ਨਹੀਂ ਆਪਣਾ ਚਲਾਇਆ ਸੀ ਅਤੇ ਮੈਂ ਤੁਹਾਨੂੰ ਵੀਡੀਓ ਪਾ ਨਹੀਂ ਸਕੀ, ਹੈ ਨਾ। ਅਤੇ ਹੁਣ ਮੈਂ ਇਹਦੇ ਨਾਲ ਹੀ ਵੀਡੀਓ 'ਤੇ ਤੁਹਾਨੂੰ ਆਪਣੇ ਇੱਥੇ ਵਿੱਚ ਜਿਹੜੀ ਸਨੇਹ ਪਈ ਬਰਫ਼ ਪਈ ਉਹਦੀ ਫੋਟੋ ਲਾਊਂਗੀ। ਅਤੇ ਆ ਮੇਰੇ ਘਰ ਦੀ ਇੱਥੇ ਛੱਤ ਆ, ਇੱਥੇ ਮੈਂ ਜਾਨਵਰਾਂ ਵਾਸਤੇ ਕੁਛ ਨਾ ਕੁਛ ਪਾਲਦੀ ਹੁੰਦੀ ਹਾਂ। ਅਤੇ ਇੱਥੇ ਬਹੁਤ ਜ਼ਿਆਦਾ ਬਰਫ਼ ਪਈ ਸੀ, ਮੇਰੇ ਬੇਟੇ ਨੇ ਇੱਥੇ ਜਿੱਦਾਂ ਸਨੇਹ ਮਨ ਵਗੈਰਾ ਬਣਾਇਆ ਸੀ, ਹੈ ਨਾ। ਉਹ ਵੀ ਮੈਂ ਇਸੇ ਨਾਲ ਹੀ ਵੀਡੀਓ ਵਿੱਚ ਤੁਹਾਨੂੰ ਦਿਖਾਊਂਗੀ। ਜਰਮਨੀ ਵਿੱਚ 3 ਸਾਲਾਂ ਬਾਅਦ ਇੰਨੀ ਜ਼ਿਆਦਾ ਬਰਫ਼ ਪਈ ਹੈ ਨਾ, 3 ਸਾਲ ਹੋ ਗਏ ਜਿੱਦਾਂ ਇੰਨੀ ਜ਼ਿਆਦਾ ਬਰਫ਼ ਨਹੀਂ ਪਈ, ਬਹੁਤ ਜ਼ਿਆਦਾ ਬਰਫ਼ ਪਈ ਸੀ ਗੋਡੇ ਗੋਡੇ। ਜੇ ਰੱਬ ਨੇ ਚਾਹਿਆ ਤਾਂ ਜੇ ਅਗਲੇ ਸਾਲ ਬਰਫ਼ ਪਈ ਅਤੇ ਮੈਂ ਤੁਹਾਡੇ ਨਾਲ ਚੈਨਲ ਦੇ ਉੱਤੇ ਹੋਈ ਅਤੇ ਮੈਂ ਤੁਹਾਨੂੰ ਜ਼ਰੂਰ ਬਰਫ਼ ਦੇ ਨਜ਼ਾਰੇ ਦਿਖਾਊਂਗੀ ਜਰਮਨੀ ਦੇ। ਦੇਖੋ ਫਰੈਂਡਸ, ਆ ਮੇਰੇ ਘਰ ਦੇ ਉੱਪਰ ਦਰੱਖਤ, ਇੱਧਰ ਦੇਖੋ ਪੰਛੀ ਉੱਡ ਗਏ ਹੁਣ। ਅਤੇ ਸਵੇਰ ਨੂੰ ਮੈਂ ਤੁਹਾਨੂੰ ਪਾਊਂਗੀ ਇੱਕ ਵੀਡੀਓ ਇੱਥੇ ਦੇ ਬ੍ਰੈਡ ਦੇ ਬਾਰੇ ਵਿੱਚ, ਹੈ ਨਾ। ਹੋਊਗੀ ਉਹ ਵੀਡੀਓ, ਇੱਥੇ ਦੇ ਲੋਕ ਜ਼ਿਆਦਾ ਜਿੱਦਾਂ ਬ੍ਰੈਡ ਖਾਂਦੇ ਆ, ਬ੍ਰੈਡ ਬਰੂਚਨ, ਉਹਦੇ ਬਾਰੇ ਮੈਂ ਇੱਕ ਵੀਡੀਓ ਪਾਊਂਗੀ ਸਵੇਰ ਨੂੰ। ਅੱਜ ਵਾਸਤੇ ਇਹਨਾਂ, ਟੇਕ ਕੇਅਰ, ਆਪਣਾ ਖਿਆਲ ਰੱਖਿਓ। ਬਾਏ ਫਰੈਂਡਸ।